ਮੈਂ ਚਾਹੁੰਦਾ ਇੱਕ ਵਾਰੀ ਖੁੱਲ੍ਹ ਕੇ ਭੰਗੜਾ ਪਾਓ। ਤੁਹਾਡੇ ਨਾਲ ਇਹ ਗੀਤ ਲੈ ਕੇ ਆ ਰਿਹਾ ਸਾਡੀ ਕੈਸਰ ਦਾ ਕਾਇਟੀ ਵੀ ਨਵੀਂ ਦੇਖਦਾ, ਇਸ਼ਾਰਾ ਤੇਰੀ ਅੱਖ ਦਾ ਮਿੱਤਰਾਂ ਨੂੰ ਮਾਰਦਾ ਇਸ਼ਾਰਾ, ਭਾਵੇਂ ਝੂਠ ਸੁਣਦੇ ਜਾਂ ਇਸ਼ਾਰਾ ਦੀਦਾ ਹੈ ਨੀ ਪਰ ਅਸੀਂ ਮਾਰਾਂਗੇ ਜ਼ਰੂਰ, ਹਾਂਜੀ ਮਿੱਤਰਾਂ ਨੂੰ ਮਾਰਦਾ ਇਸ਼ਾਰਾ ਤੇਰੇ। ਤੇਰੇ ਮੁੱਖੜੇ ਦਾ ਸੋਹਣੀਏ
ਲਾ ਦਿੱਤਾ ਪਰ ਮੇਰੀ ਹੱਥ ਜੁੜੀ ਤਾਂ ਸਿਰਫ ਬੇਨਤੀ ਹੈ ਜਿਹੜਾ ਬੈਠਾ ਹੋਇਆ ਮਾਹੌਲ ਹੈ ਨਾ ਇੱਥੇ ਮੇਰੇ ਵੀਰ ਬੈਠ ਕੇ ਸੁਣ ਜਿਹੜੇ ਮੇਰੇ ਵੀਰ ਪਿੱਛੇ ਖੜੇ ਨੇ ਕਿਉਂਕਿ ਪ੍ਰਬੰਧਕਾਂ ਲਈ ਬਹੁਤ ਜ਼ਿਆਦਾ ਮੁਸ਼ਕਿਲ ਹੋ ਜਾਂਦੀ ਹੈ ਤੁਹਾਡੇ ਸਹਿਯੋਗ ਬਿਨਾਂ ਕੋਈ ਮੇਲਾ ਕਾਮਯਾਬ ਨਹੀਂ ਹੁੰਦਾ ਪਰ ਤੁਸੀਂ ਇਹਨੂੰ ਕਾਮਯਾਬ ਰੱਖਣਾ ਤੁਸੀਂ ਇਹਦੀ ਇੱਜ਼ਤ ਰੱਖਣੀ ਹੈ ਤੁਸੀਂ ਇਹਦਾ ਇਮੇਜ ਬਣਾ ਕੇ ਰੱਖਣਾ ਸਾਰੇ ਪੰਜਾਬ ਲਓ ਹਜ਼ੂਰ ਇਸ ਤਰ੍ਹਾਂ ਦੋ ਗੱਲਾਂ ਸੁਣਨ ਵਾਲੀਆਂ ਕਰਾਂਗੇ ਸ਼ੁਰੂ ਤੱਕ ਦੀਆਂ ਬਾਤਾਂ ਬਹੁਤ ਮਿਹਰਬਾਨੀ ਬਹੁਤ ਸਨਮਾਨ ਡਾਕਟਰ ਦਰਬਾਰ ਰਾਏ ਸਾਹਿਬ ਸਾਡੇ ਵੀਰ ਕੈਨੇਡਾ ਦੇ ਸਾਡੇ ਦੋਸਤ ਬਹੁਤ ਸਨਮਾਨ ਹੋਰ ਦੋਸਤਾਂ ਵੱਲੋਂ ਹੋਇਆ ਮੈਂ ਤੁਹਾਨੂੰ ਸ਼ੁਕਰਗੁਜ਼ਾਰ ਹਾਂ ਲਓ ਉਸ ਤੋਂ ਬਾਅਦ ਸ਼ੇਰ ਬੋਲ ਕੇ ਗਏ ਨੇ ਪੰਜ ਛੇ ਲਾਈਨਾਂ ਮੇਰੀਆਂ ਲਿਖੀਆਂ ਹੋਈਆਂ ਅਸੀਂ ਦੋਵੇਂ ਭਰਾ ਚੋਰੀ ਕਰਦੇ ਹਾਂ ਕਿ ਦੂਜੇ ਦੇ ਮਤਲਬ ਕਾਹਲੀ ਵਗ ਜਾਂਦੇ ਕਿ ਮੈਂ ਪਹਿਲਾਂ ਕਦਮਾਂ ਮੈਂ ਸ਼ੇਰ ਉਹ ਪਹਿਲਾਂ ਬੋਲ ਲਵਾਂ ਅੱਜ ਮੇਰਾ ਛੋਟਾ ਵੀਰ ਤੁਹਾਡਾ ਚੇਤਾ ਗਿਆ ਇੱਕ ਵਾਰਸ ਪਹਿਲਾਂ ਹੋ ਕੇ ਗਿਆ ਉਹ ਸ਼ੇਰ ਬੋਲ ਗਿਆ ਉਹਨੂੰ ਛੱਡ ਕੇ ਉਹਦੇ ਨਾਲ ਦੀ ਗੱਲ ਮਿਲਦੀ ਜੁਲਦੀ ਕਹਿਣ ਲੱਗਾ ਜੇ ਨਹੀਂ ਰਹਿੰਦੇ ਤਾਂ ਜਾਣ ਦਿਓ ਦਫਾ ਕਰੋ ਜੇ ਨਹੀਂ ਰਹਿੰਦੇ ਨਹੀਂ ਤੁਹਾਡੀ ਗੱਲ ਵੀਰ ਇਹ ਵੀ ਕਿਸੇ ਹੋਰ ਦੀ ਗੱਲ ਹੈ ਇਹ ਗੱਲਾਂ ਕਿਸੇ ਹੋਰ ਦੀਆਂ ਚੁਗਲੀਆਂ ਮੈਂ ਹੋਰ ਜਗ੍ਹਾ ਕਰ ਰਿਹਾ ਜੇ ਨਹੀਂ ਰਹਿੰਦੇ ਤਾਂ ਜਾਣ ਦਿਓ ਤੁਰਿਆਂ ਨੂੰ ਡੱਕ ਕੇ ਕੀ ਕਰਨ ਮੂੰਹ ਚੰਦਰਾ ਜਿਹਾ ਜੋ ਕਰ ਬੈਠੇ ਉਹ ਨਾ ਮਨ ਤੱਕ ਕੇ ਕੀ ਕਰਨ ਉਹ ਤੇਰੀ ਸ਼ਕਲ ਜਿਨ੍ਹਾਂ ਨੂੰ ਭੁੱਲ ਗਈਏ ਉਹ ਤੇਰੀ ਸ਼ਕਲ ਜਿਨ੍ਹਾਂ ਨੂੰ ਭੁੱਲ ਗਈਏ ਤੇਰਾ ਨਾਂ ਵੀ ਜਿਨ੍ਹਾਂ ਨੂੰ ਯਾਦ ਨਹੀਂ ਤੂੰ ਦੇਵੀ ਜੇਬ ਚ ਉਹਨਾਂ ਦੀਆਂ ਤਸਵੀਰਾਂ ਰੱਖ ਕੇ ਕੀ ਕਰਨਾ ਉਹ ਲੰਮੀਆਂ ਨੇ ਬਹੁਤ ਜ਼ਿੰਦਗਾਨੀ ਦੀਆਂ ਗੱਲਾਂ ਸਾਰਾ ਕੈਨੇਡਾ ਪੰਜਾਬ ਤੋਂ ਪਹੁੰਚਿਆ ਹੋਇਆ ਸਾਡੇ ਵੀਰ ਮਾਨ ਕਰਨ ਸ਼ੁਕਰਗੁਜ਼ਾਰ ਕੁਝ ਲੰਮੀਆਂ ਨੇ ਬਹੁਤ ਜ਼ਿੰਦਗਾਨੀ ਦੀਆਂ ਗੱਲਾਂ ਵਿੱਚੋਂ ਕੰਮ ਦੀਆਂ ਚਾਰ ਕੁ ਜਵਾਨੀ ਦੀਆਂ ਗੱਲਾਂ ਸਿਆਣੇ ਲੋਕ ਕਹਿੰਦੇ ਜਦੋਂ ਬੰਦਾ ਜਵਾਨ ਹੁੰਦਾ ਉਹਨੂੰ ਪਤਾ ਨਹੀਂ ਜਵਾਨੀ ਦੀ ਕੀ ਕੀਮਤ ਹੈ ਜਦੋਂ ਕੋਈ ਚੀਜ਼ ਬਹੁਤ ਦੂਰ ਚਲੀ ਜਾਂਦੀ ਹੈ ਫਿਰ ਉਹਦਾ ਪਤਾ ਲੱਗਦਾ ਉਹਦੀ ਅਹਿਮੀਅਤ ਕੀ ਸੀ ਉਹਦੀ ਕੀ ਕੀਮਤ ਸੀ ਕੁਝ ਲੰਮੀਆਂ ਨੇ ਬਹੁਤ ਜ਼ਿੰਦਗਾਨੀ ਦੀਆਂ ਗੱਲਾਂ ਵਿੱਚੋਂ ਕੰਮ ਦੀਆਂ ਚਾਰ ਕੁ ਜਵਾਨੀ ਦੀਆਂ ਗੱਲਾਂ ਨਿੱਕੇ ਹੁੰਦੇ ਸੋਚਦੇ ਸਾਂ ਕਿ ਫਜ਼ੂਲ ਜਿਹੀਆਂ ਬਾਤਾਂ ਪੈਰ ਪੈਰ ਕੰਮ ਆਈਆਂ ਦਾਦੀ ਨਾਨੀ ਦੀਆਂ ਗੱਲਾਂ ਤੇਰੇ ਦਿੱਤੇ ਫਟ ਗਏ ਜੋ ਜ਼ਖਮ ਤੂੰ ਦਿੱਤੇ ਸੀ ਉਹ ਚਲੇ ਗਏ ਉਹ ਮਿਟ ਗਏ ਤੇਰੇ ਦਿੱਤੇ ਫਟ ਗਏ ਚਾਂਦੇ ਦਾਗ ਛੱਡ ਗਏ ਵਾਹਵਾ ਤੇਰੀ ਉਹ ਨਿਸ਼ਾਨੀ ਦੀ ਨਿਸ਼ਾਨੀ ਦੀਆਂ ਗੱਲਾਂ ਤੁਰ ਗਏ ਹੋ ਤਾਂ ਸਾਨੂੰ ਕਿਉਂ ਯਾਦ ਆਉਂਦੇ ਹੋ ਆਓ ਯਾਦ ਨਾ ਤੇ ਬਹੁਤ ਮਿਹਰਬਾਨੀ ਦੀਆਂ ਗੱਲਾਂ ਭੋਲੇ ਬਣਦੇ ਤੂੰ ਕਿੱਥੇ ਅਖਬਾਰਾਂ 'ਚ ਛਪਾਵੇਂ ਅਸੀਂ ਬਹੁਤ ਭੋਲੇ ਹਾਂ ਅਸੀਂ ਬਹੁਤ ਭਲੇ ਨਾਲ ਸਾਂ ਆਪਣੇ ਮੂੰਹ ਮੀਆਂ ਮਿੱਠੂ ਬਣ ਭੋਲੇ ਬਣਦੇ ਤੂੰ ਕਿੱਥੇ ਅਖਬਾਰਾਂ 'ਚ ਛਪਾਵੇਂ ਉਹ ਲੋਕੀ ਕਰਦੇ ਨੇ ਤੇਰੀ ਬੇਈਮਾਨੀ ਦੀਆਂ ਗੱਲਾਂ ਦੇਵੀ ਹੋਰੀ ਕਿਤੇ ਕਿਤੇ ਦੇਵੀ ਹੋਰੀ ਕਿਤੇ ਕਿਤੇ ਛੇੜ ਲੈਣ ਹਾਲ ਦੋਸ਼ ਸਾਡੇ ਉੱਤੇ ਥੱਪਦੇ ਹੋ ਕਹਿੰਦੇ ਫਗਵਾੜੇ ਹੁੰਦੇ ਨੇ ਸਾਡੇ ਸ਼ਹਿਰ ਨਹੀਂ ਆਏ ਪਰ ਸਾਨੂੰ ਵੀ ਇਤਰਾਜ਼ ਹੈ ਤੁਸੀਂ ਕਿਹੜੇ ਕਿਹੜੇ ਸਾਡੇ ਸ਼ਹਿਰ ਆਏ ਬਦਲਗੀਆਂ ਦਾ ਦੋਸ਼ ਸਾਡੇ ਉੱਤੇ ਥੱਪਦੇ ਹੋ ਸੱਚੀ ਗੱਲ ਮਿਲਣਾ ਅਸਾਂ ਨੂੰ ਤੁਸੀਂ ਚਾਹੁੰਦੇ ਨਹੀਂ ਸਾਡੀਆਂ ਗੁਆਂਢੀਆਂ ਦੇ ਆ ਕੇ ਤੁਸੀਂ ਮੁੜ ਜਾਂਦੇ ਬਸਰਾ ਮੇਰੇ ਸੁਣ ਚੋ ਸਾਡੀਆਂ ਗੁਆਂਢੀਆਂ ਦੇ ਆ ਕੇ ਤੁਸੀਂ ਮੁੜ ਜਾਂਦੇ ਪੁੱਛਦੇ ਹੋ ਸਾਨੂੰ ਅਸੀਂ ਕਿਉਂ ਤੁਹਾਡੇ ਆਉਂਦੇ ਨਹੀਂ ਵਾਧੂ ਨਹੀਂ ਹੋ ਪੈਸਾ ਵਾਧੂ ਨਹੀਂ ਹੋ ਪੈਸਾ ਨਾ ਹੀ ਟਾਈਮ ਖਤ ਲਿਖੀ ਜਾਈਏ ਆਪ ਕਦੇ ਭੁੱਲ ਕੇ ਬਰੰਗ ਵੀ ਕੋਈ ਪਾਉਂਦੇ ਨਹੀਂ ਡੈਰੀ ਵਿੱਚੋਂ ਡਾਇਰੀ ਵਿੱਚੋਂ ਨਾਮ ਤੁਸੀਂ ਦੇਵੀ ਦਾ ਜੇ ਕੱਟ ਦਿੱਤਾ ਤਾਂ ਸੱਚ ਜਾਣੋ ਤੁਸੀਂ ਸਾਡੀ ਗਿਣਤੀ ਚਲਾਉਂਦੇ ਨਹੀਂ ਸੱਚ ਜਾਣੋ ਗੁਸਤਾਖੀ ਮਾਫ਼ ਵੈਸੇ ਕਿਉਂ ਮਨਾਂ 'ਚ ਫਰਕ ਪੈਂਦੇ ਨੇ ਕਿਉਂ ਮਨਾਂ 'ਚ ਫਰਕ ਪੈਂਦੇ ਨੇ ਸਾਨੂੰ ਹੁਣ ਪਤਾ ਲੱਗਿਆ ਹੈ ਕਈ ਵਾਰੀ ਸਾਰੀ ਜ਼ਿੰਦਗੀ ਲੰਘ ਜਾਂਦੀ ਕਿਸੇ ਬੰਦੇ ਦਾ ਅਸਲੀ ਚਿਹਰਾ ਪਤਾ ਨਹੀਂ ਲੱਗਦਾ ਕੀ ਹੈ ਕਿਉਂ ਮਨਾਂ 'ਚ ਫਰਕ ਪੈਂਦੇ ਨੇ ਸਾਨੂੰ ਹੁਣ ਪਤਾ ਲੱਗਿਆ ਹੈ ਲੋਕ ਕਿੰਜ ਦਿਲ ਤੋਂ ਲਹਿੰਦੇ ਨੇ ਸਾਨੂੰ ਹੁਣ ਪਤਾ ਲੱਗਿਆ ਹੈ ਜੋ ਨੇੜੇ ਹੋ ਲਹਿੰਦੇ ਨੇ ਸਾਨੂੰ ਹੁਣ ਪਤਾ ਲੱਗਿਆ ਹੈ ਉੱਤੋਂ ਖੁਸ਼ ਵਿੱਚੋਂ ਕਹਿੰਦੇ ਨੇ ਸਾਨੂੰ ਹੁਣ ਪਤਾ ਲੱਗਿਆ ਹੈ ਕੀ ਜ਼ਿੰਦਗੀ ਆਸ਼ਕਾਂ ਦੀ ਕੀ ਜ਼ਿੰਦਗੀ ਆਸ਼ਕਾਂ ਦੀ ਜ਼ਿੰਦਗੀ ਕੀ ਗੀਤਕਾਰਾਂ ਦੀ ਕੋਈ ਗੀਤਾਂ ਦੇ ਮੁੱਲ ਵੀ ਪੈਂਦੇ ਨੇ ਸਾਨੂੰ ਹੁਣ ਪਤਾ ਲੱਗਿਆ ਏ ਮੂੰਹ ਤੇ ਹਜ਼ੂਰ ਜਨਾਬ ਬਾਬਿਓ ਦਿੱਤ ਆਖਣੇ ਮਾਰੇ
ਸਾਨੂੰ ਹੁਣ ਪਤਾ ਲੱਗਿਆ ਕਾਨੂੰ ਨੀਵਿਆਂ ਨੂੰ ਰੱਖਦੇ ਨੇ ਚੇਤੇ, ਕਾਨੂੰ ਨੀਵਿਆਂ ਨੂੰ ਰੱਖਦੇ ਨੇ ਚੇਤੇ, ਜੋ ਉੱਚੀਆਂ ਦੇ ਯਾਰ ਹੋ ਗਏ ਉਹ ਹੁਣ ਸਾਨੂੰ ਨਹੀਂ ਉਹ ਚੱਜ ਨਾ ਬੁਲਾਉਂਦੇ, ਉਹ ਜਦੋਂ ਦੇ ਸਰਦਾਰ ਹੋ ਗਏ। ਕਈ ਦੋਸਤ ਸੋਚ ਰਹੇ ਆ ਕਿ ਦੇਬੀ ਪਹਿਲਾਂ ਗੀਤ ਲਿਖਦਾ ਸੀ ਬਾਅਦ 'ਚ ਗਾਉਣ ਲੱਗਿਆ, ਇਹ ਸ਼ਾਇਦ ਆਪਣੇ ਸਿੰਗਰ ਦੋਸਤਾਂ ਨਾਲ ਸ਼ਿਕਵਾ ਕਰ ਰਿਹਾ। ਮੇਰਾ ਹਜ਼ੂਰ ਕਿਸੇ ਨਾਲ ਕੋਈ ਸ਼ਿਕਵਾ ਨਹੀਂ, ਕਿਸੇ ਨਾਲ ਕੋਈ ਗਿਲਾ ਨਹੀਂ, ਇਹ ਤੁਹਾਡੀ ਗੱਲ ਹੈ। ਜ਼ਿੰਦਗੀ ਜੈਸੇ ਵਾਜਿਆ ਗਾਉਂਦੇ ਨੇ, ਕਿਸੇ ਲਈ ਤੁਸੀਂ ਮਿਹਰਬਾਨ ਹੋ ਕੇ ਆਪਣਾ ਖੂਨ ਵਹਾਇਆ ਹੁੰਦਾ, ਆਪਣੀਆਂ ਜੜ੍ਹਾਂ ਵੱਡੀਆਂ ਹੁੰਦੀਆਂ, ਉਹ ਲੋਕ ਤੁਹਾਡੀਆਂ ਜੜ੍ਹਾਂ ਵੱਢ ਜਾਂਦੇ। ਦੀਪਕ ਜੀ, ਫਿਰ ਦਿਲ 'ਚ ਗੱਲ ਆਉਂਦੀ ਹੈ ਕਿ ਅਸੀਂ ਆਪਣੇ ਖੂਨ ਨਾਲ ਜੜ੍ਹਾਂ ਜਿਹਨਾਂ ਦੀਆਂ ਲਾਈਆਂ ਸੀ, ਅਸੀਂ ਆਪਣੇ ਖੂਨ ਨਾਲ ਜੜ੍ਹਾਂ ਜਿਹਨਾਂ ਦੀਆਂ ਲਾਈਆਂ ਸੀ, ਉਹ ਹੌਲੀ ਹੌਲੀ ਸਾਡੀਆਂ ਜੜ੍ਹਾਂ 'ਚ ਬੈਠੇ। ਹਜ਼ੂਰ, ਤੁਹਾਡੀ ਸਾਰਿਆਂ ਦੀ ਗੱਲ ਹੈ, ਮੈਂ ਸਿਰਫ ਲਿਖਣ ਦਾ ਹੀ ਚੋਰ ਹੈ। ਇਸ ਕਰਕੇ ਮੈਂ ਕਹਿ ਰਿਹਾ, ਤੁਹਾਨੂੰ ਨੀਵਿਆਂ ਨੂੰ ਰੱਖਦੇ ਨੇ ਚੇਤੇ, ਜੋ ਉੱਚੀਆਂ ਦੇ ਯਾਰ ਹੋ ਗਏ ਹੁਣ ਸਾਨੂੰ ਨਹੀਂ ਉਹ ਜੱਜ ਨਾ ਬੁਲਾਉਂਦੇ, ਉਹ ਜਦੋਂ ਦੇ ਸਰਦਾਰ ਹੋ ਗਏ। ਅਸੀਂ ਖੜੇ ਸੀ ਪਹਾੜ ਬਣ ਜਿੰਨਾ ਪਿੱਛੇ, ਰੇਤ ਦੀ ਦੀਵਾਰ ਦੱਸਦੇ, ਯਾਰੀ ਖੂਨ ਨਾਲ ਸੰਘਣੀ ਸੀ, ਅੱਜ ਜੋ ਮਾਮੂਲੀ ਜਾਣਕਾਰ ਦੱਸਦੇ, ਆਪ ਪਿੱਤਲ ਤੋਂ ਸੋਨਾ ਬਣ ਬੈਠੇ, ਫੁੱਲਾਂ ਤੋਂ ਅਸੀਂ ਖਾਰ ਹੋ ਗਏ, ਉਹ ਹੁਣ ਸਾਨੂੰ ਨਹੀਂ ਉਹ ਚੱਜ ਨਾ ਬੁਲਾਉਂਦੇ, ਉਹ ਜਦੋਂ ਦੇ ਸਿਤਾਰੇ ਹੋ ਗਏ। ਭੱਟੇ ਬਣ ਗਏ, ਭੱਟੇ ਬਣ ਗਏ, ਕਿਰਾਏ ਉੱਤੇ ਬੋਲਦੇ ਨੇ ਭੁੱਲ ਜਾਏ ਘੁੱਟ ਘੁੱਟ ਕੇ, ਭੱਟੇ ਬਣ ਗਏ, ਕਿਰਾਏ ਉੱਤੇ ਬੋਲਦੇ ਨੇ ਭੁੱਲ ਜਾਏ ਘੁੱਟ ਘੁੱਟ ਕੇ, ਅਸੀਂ ਬੈਠੇ ਗਿੰਝ ਨਿਗਾ ਪਈਏ ਉਹਨਾਂ ਨੂੰ ਮਿਲਣ, ਲੋਕੀ ਉੱਠ ਉੱਠ ਕੇ ਦੇਵੀ ਉਹਨਾਂ ਨੂੰ ਸਲਾਮ ਕਹਿਣ ਵਾਲੇ, ਦੇਵੀ ਉਹਨਾਂ ਨੂੰ ਸਲਾਮ ਕਹਿਣ ਵਾਲੇ, ਉਹ ਤੇਰੇ ਗਏ ਹਜ਼ਾਰ ਹੋ ਗਏ, ਹੁਣ ਸਾਨੂੰ ਨਹੀਂ ਉਹ ਚੱਜ ਨਾ ਬੁਲਾਉਂਦੇ, ਉਹ ਕੀ ਹੋ ਗਏ ਸਰਦਾਰ ਹੋ ਗਏ। ਬਹੁਤ ਮਿਹਰਬਾਨੀ, ਸ਼ੁਕਰੀਆ। ਇਹ ਸੀ ਰੂਹਦਾਰ ਦੀਆਂ ਬਾਤਾਂ। ਹੁਣ ਜਿਸ ਗੱਲ ਤੋਂ ਸਾਡੀ ਰੋਟੀ ਚੱਲਦੀ ਹੈ, ਰੋਟੀ ਬਣੀ, ਇਸ ਗੱਲ ਤੋਂ ਚੱਲ ਉਹ ਗੀਤ ਪੇਸ਼ ਕਰਾਂਗੇ। ਆ ਜਾਓ ਮਿੱਤਰ, ਪਛਾਣੋ ਮੇਰੇ ਪਿੰਡ ਦੀ ਜਿਹੜੀ ਮੱਥੇ ਉੱਤੇ ਬੋਲ ਸਕਦਾ। ਉਂਝ ਨੱਚਦੀਆਂ ਗਿੱਧੇ ਚ ਬਥੇਰੀਆਂ, ਭਾਈ ਇੱਕ ਸਾਰੀਆਂ ਤੋਂ ਵੱਖਰੀ ਨੁਹਾਰ ਨੱਚਦੀ। ਹੁਣ ਤੁਹਾਨੂੰ ਇੱਕ ਕੰਮ ਕਹਿਣ ਲੱਗਾ, ਧਿਆਨ ਦੇਣਾ। ਆ ਜਾਓ ਮਿੱਤਰ, ਪਛਾਣੋ ਮੇਰੇ ਪਿੰਡ ਦੀ, ਪਲੀਜ਼ ਬੈਠੋ।
ਨਵੀਂ ਕੈਸਟ ਵਜੋਂ ਜਿੱਦੇ ਵਿੱਚ ਜੱਜ ਦੀ ਇਜਾਜ਼ਤ ਪਾਈ ਆਪਣੇ ਵੱਲੋਂ ਮੈਂ ਇਹ ਕਹਿਣਾ ਚਾਹੂੰਗਾ ਕਿ ਕਹਿੰਦਾ ਲਫ਼ਜ਼ਾਂ ਨਾਲ ਧੰਨਵਾਦ ਜਿਹੜਾ ਤੁਸੀਂ ਨਜ਼ਰ ਜੋ ਮੈਨੂੰ ਪਾਈ ਹੈ
ਇਹਨਾਂ ਸ਼ਬਦਾਂ ਨਾਲ ਧੰਨਵਾਦ ਕਰਾਂ ਕਿ ਸਤਿੰਦਰ ਜੋ ਇੰਨੀ ਪਾਈ ਹੈ ਸੋ ਤੁਹਾਡੀ ਇਸ ਮੁਹੱਬਤ ਨਾਲ ਮੇਰਾ ਰੋਮ ਰੋਮ ਕਰਦਾਈਏ ਮੇਰਾ ਰੋਮ ਰੋਮ ਕਰਦਾਈਏ ਤੁਹਾਡਾ ਕਰਜ਼ਾ ਲਾਉਣ ਦੀ ਕੋਸ਼ਿਸ਼ ਕਰ ਰਿਹਾ ਛੱਬੀ ਨੂੰ ਪਾਸ ਚੱਲ ਕੇ ਬੱਲੇ ਬੱਲੇ ਭਰ ਤੋਂ ਆਪਣੇ ਬਹੁਤ ਵੱਡਾ ਮੇਲਾ ਹੋ ਰਿਹਾ ਜਗਦੀਸ਼ ਜਲਵੇੜਾ ਸੁਰਜੀਤ ਮਾਹੀ ਸਾਹਿਬ ਦਲੀਪ ਜਨੋਹਾ ਜੀ ਰਲ ਮਿਲ ਕੇ ਕਰਾਣ ਜਿਵੇਂ ਪਹਿਲਾਂ ਅਨਾਊਂਸਮੈਂਟ ਹੋਈ ਸੀ ਪੰਜਾਬ ਦੇ ਨਾਮਵਾਰ ਆਰਟਿਸਟ ਤੁਹਾਡੇ ਚਹੇਤੇ ਗਾ ਕਿੱਥੇ ਪਹੁੰਚ ਰਹੇ ਨੇ ਇਸੇ ਤਰ੍ਹਾਂ ਹੁਣ ਹਮ ਆਪਣੇ ਦਰਸ਼ਕ ਨੇ ਬਹੁਤ ਬਹੁਤ ਸ਼ੁਕਰੀਆ ਥੈਂਕ ਯੂ ਵੈਰੀ ਮੱਚ ਅਗਲਾ ਪ੍ਰੋਗਰਾਮ ਪੈਂਤੀ ਸਰਦਾਰ ਜੀ ਲੈ ਕੇ ਹੈਲੋ ਹੈਲੋ ਕੋਈ ਗੱਲ ਨਹੀਂ ਹੈਲੋ ਹੈਲੋ ਆਪ ਇਹਨਾਂ ਦਾ ਬੈਟਰ ਫੜ ਲੈਣਾ ਹੈਲੋ ਹੈਲੋ ਭਾਈ ਦੇਬੂ ਮਖੂਬ ਗੁਰ ਇਹਦਾ ਪੂਰੀ ਡੇਢ ਕੈਸਟ ਸੁਣਾਤੀ ਹੈ ਖੈਰ ਉਹਨਾਂ ਦਾ ਸ਼ੁਕਰੀਆ ਤੇ ਸੂਰਜ ਵੀ ਨਿਕਲਿਆ ਧੁੱਪ ਆ ਰਹੀ ਹੈ ਇਹ ਕੀ ਗੱਲ ਆਹ ਸਾਊਂਡ ਮੇਰੇ ਬਾਰੇ ਕੀ ਹੋ ਗਿਆ ਮੇਰੀ ਆਵਾਜ਼ ਸੋਹਣੀ ਨਹੀਂ ਹੈ ਮੇਰੀ ਆਵਾਜ਼ ਬਹੁਤ ਸੋਹਣੀ ਹੈ ਆ ਸ਼ਾਬਾਸ਼ ਤੇ ਦੇਬੂ ਮਖੂਬਪੁਰੀ ਨੂੰ ਸਨਮਾਨਿਤ ਕਰਨਗੇ ਸ਼੍ਰੀ ਕਮਲ ਚੌਧਰੀ ਜੀ ਸਾਡੇ ਕਿਤੇ ਦੇ ਨੌਜਵਾਨ ਨੇਤਾ ਤੇ ਸਾਡੇ ਪ੍ਰਧਾਨ ਜੀ ਜਥੇਦਾਰ ਕਾਮਲ ਸਿੰਘ ਜੀ ਜਥੇਦਾਰ ਸਾਹਿਬ ਆਓ ਤੇ ਨਾਲ ਡਾਕਟਰ ਦਿਲਬਾਗ ਰਾਏ ਗੰਧਰਵ ਜੀ ਸਾਰੇ ਆ ਜਾਣ ਦੇਬੀ ਮਖੂਬਪੁਰੀ ਆ ਜਾ ਸ਼ਾਬਾਸ਼ ਤੇ ਸਾਰੇ ਆ ਜਾਓ ਦੇਬੀ ਮਖੂਬਪੁਰੀ ਨੂੰ ਸਨਮਾਨ ਕਰਨਗੇ ਸਾਡੇ ਇਲਾਕੇ ਦੇ ਨੌਜਵਾਨ ਨੇਤਾ ਕਮਲ ਚੌਧਰੀ ਜੀ